Hallelujah, 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 hallelujah. ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮਨ। ਅੱਜ ਜੋ ਵਿਸ਼ਾ ਹੈ, ਅੱਜ ਜੋ ਪਵਿੱਤਰ ਵਚਨ ਹੈ ਜੋ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ, ਉਹ ਸੰਦਯੁਖਨਾ ਦੀ ਅੰਜੀਲ ਉਸਦਾ 15 ਬਾਪ ਉਸਦਾ 16 ਐਤ ਹੈ। ਉਹ 16 ਐਤ ਦਾ ਆਖਰੀ ਹਿੱਸਾ ਮੈਂ ਪੜ੍ਹਨ ਜਾ ਰਿਹਾ ਹਾਂ, ਜਿਸ ਦੇ ਵਿੱਚ ਲਿਖਾ ਹੈ, ਜੋ ਕੁਛ ਤੁਸੀਂ ਮੇਰੇ ਨਾਂ ਉੱਤੇ ਪਿਤਾ ਕੋਲੋਂ ਮੰਗੋ ਉਹ ਤੁਹਾਨੂੰ ਦੇਵੇਗਾ। ਬਸ ਇਸ ਵਚਨ ਦੇ ਉੱਤੇ ਮੈਂ ਤੁਹਾਡੇ ਨਾਲ ਕੁਛ ਵਿਚਾਰ ਸਾਂਝਾ ਕਰਨਾ ਚਾਹੁੰਦਾ ਹਾਂ। ਤੁਸੀਂ ਜੋ ਕੁਛ ਮੇਰੇ ਨਾਮ ਉੱਤੇ ਪਿਤਾ ਕੋਲੋਂ ਮੰਗੋ ਉਹ ਤੁਹਾਨੂੰ ਦੇਵੇਗਾ। ਪ੍ਰਭੂ ਯੇਸੂ ਆਪਣੇ ਚੇਲਿਆਂ ਨੂੰ ਇਹ ਹੁਕਮ ਦਿੰਦਾ ਹੈ, ਆਪਣੇ ਚੇਲਿਆਂ ਨੂੰ ਜੋ ਪ੍ਰਭੂ ਯੇਸੂ ਮਸੀਹ ਦੇ ਉੱਤੇ ਵਿਸ਼ਵਾਸ ਰੱਖਾ ਹੈ, ਜੋ ਪ੍ਰਭੂ ਯੇਸੂ ਮਸੀਹ ਦੇ ਨਾਲ ਹੈ, ਉਹਨਾਂ ਨੂੰ ਹੀ ਪ੍ਰਭੂ ਯੇਸੂ ਮਸੀਹ ਇਹ ਕਹਿੰਦਾ ਹੈ, ਬਾਕੀਆਂ ਨੂੰ ਨਹੀਂ, ਉਹਨਾਂ ਨੂੰ ਜੋ ਪ੍ਰਭੂ ਯੇਸੂ ਦੇ ਨਾਲ ਹੈ। ਹੁਣ ਤੁਸੀਂ ਤੁਹਾਡਾ ਆਪਣਾ ਘਰ ਬੈਠ ਕੇ ਸੋਚੋ ਕਿ ਤੁਸੀਂ ਪ੍ਰਭੂ ਯੇਸੂ ਦੇ ਨਾਲ ਹੈ ਜਾਂ ਨਹੀਂ। ਜੇਕਰ ਤੁਸੀਂ ਦਿਲੋਂ ਪ੍ਰਭੂ ਯੇਸੂ ਮਸੀਹ ਦੇ ਨਾਲ ਹੈ, ਜੇਕਰ ਤੁਸੀਂ ਪ੍ਰਭੂ ਯੇਸੂ ਮਸੀਹ ਦੇ ਉੱਤੇ ਵਿਸ਼ਵਾਸ ਰੱਖਾ ਹੈ, ਆਸ ਰੱਖਾ ਹੈ, ਪਿਆਰ ਰੱਖਾ ਹੈ, ਤਾਂ ਪ੍ਰਭੂ ਯੇਸੂ ਤੁਹਾਨੂੰ ਵੀ ਇਹੀ ਕਹਿੰਦਾ ਹੈ, ਤੁਸੀਂ ਜੋ ਕੁਛ ਮੇਰੇ ਨਾਂ ਉੱਤੇ ਪਿਤਾ ਕੋਲੋਂ ਮੰਗੋ ਉਹ ਤੁਹਾਨੂੰ ਦੇਵੇਗਾ। ਸੋ ਤੁਸੀਂ ਮੰਗਣਾ ਹੈ, ਤੁਹਾਡੇ ਲਈ ਔਰ ਕੋਈ ਮੰਗਣ ਦੇ ਬਾਰੇ ਨਹੀਂ ਦੱਸਿਆ, ਤੁਸੀਂ ਖੁਦ ਮੰਗਣਾ ਹੈ, ਤੁਸੀਂ ਪ੍ਰਾਰਥਨਾ ਕਰਨਾ ਹੈ, ਔਰ ਕੋਈ ਨਹੀਂ। ਸੋ ਅੱਜ ਦੀ ਇਹ ਜੋ ਵਿਸ਼ਾ ਹੈ, ਅੱਜ ਦੀ ਸਾਡਾ ਇਹ ਜੋ ਵਿਚਾਰ ਜੋ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ, ਸ਼ੁਰੂ ਵਿੱਚ ਹੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ, ਇਹ ਤੁਹਾਡੇ ਲਈ ਹੈ, ਤੁਸੀਂ ਕਿਸ ਤਰ੍ਹਾਂ ਪ੍ਰਾਰਥਨਾ ਕਰਨਾ ਹੈ। ਤੁਸੀਂ ਜੋ ਕੁਛ ਮੇਰੇ ਨਾਂ ਉੱਤੇ ਪਿਤਾ ਕੋਲੋਂ ਮੰਗੋ ਉਹ ਤੁਹਾਨੂੰ ਦੇਵੇਗਾ। ਸੋ ਸਭ ਤੋਂ ਪਹਿਲੀ ਗੱਲ ਇਹ ਤੁਹਾਡੇ ਬਾਰੇ ਲਿਖਾ ਹੈ, ਤੁਸੀਂ ਪ੍ਰਾਰਥਨਾ ਕਰਨਾ ਹੈ। ਦੂਜੀ ਗੱਲ ਇਹਦੇ ਵਿੱਚ ਲਿਖਾ, ਜੋ ਕੁਛ, ਦੇਖੋ ਕੋਈ ਕੰਡੀਸ਼ਨ ਨਹੀਂ ਹੈ, ਜੋ ਕੁਛ, ਕੋਈ ਲਿਮਿਟ ਨਹੀਂ ਹੈ। ਬਾਬਾ ਆਦਮ ਅਤੇ ਮਾਈ ਹਵਾ ਜਦੋਂ ਆਦਨ ਬਾਗ ਦੇ ਵਿੱਚ ਰੱਖਿਆ ਗਿਆ ਸੀ, ਖੁਦਾ ਬਾਪ ਨੇ ਉਹਨਾਂ ਨੂੰ ਦੱਸਿਆ, ਜੋ ਕੁਝ ਤੁਸੀਂ ਖਾਣਾ ਚਾਹੁੰਦੇ ਹੋ ਖਾ ਲਓ, ਪਰ ਦੋ ਦਰਖਤ ਵਿਚਕਾਰ ਹੈ, ਜੋ ਮਿਡਲ ਮੈਂ ਹੈ, ਉਹਦਾ ਫਲ ਤੁਸੀਂ ਨਹੀਂ ਖਾਣਾ। ਤੋ ਇੱਕ ਲਿਮਿਟ ਆ ਗਿਆ, ਪਾਬੰਦੀ ਆ ਗਿਆ, ਉਹ ਨਹੀਂ ਕਰਨਾ, ਸਭ ਕੁਝ ਕਰੋ ਪਰ ਇਹ ਨਹੀਂ ਕਰਨਾ। ਪਰ ਪ੍ਰਾਰਥਨਾ ਦੇ ਵਿੱਚ ਜੇ ਕੋ ਪ੍ਰਭੂ ਯੇਸੂ ਕਿਤਨਾ ਖੁੱਲ੍ਹਾ ਛੁੱਟੀ ਦਿੱਤਾ ਹੈ, ਆਜ਼ਾਦੀ ਦਿੱਤੀ ਹੈ, ਕੋਈ ਕੰਡੀਸ਼ਨ ਨਹੀਂ ਹੈ, ਜੋ ਕੁਛ ਮਤਲਬ ਤੁਹਾਡਾ ਮਨ ਮਰਜ਼ੀ ਤੁਸੀਂ ਮੰਗ ਸਕਦੇ ਹੋ। ਦੇਖੋ ਕਿਤਨਾ ਦਿਆਲੂ ਹੈ ਪ੍ਰਭੂ ਪਰਮੇਸ਼ੁਰ, ਕਿਤਨਾ ਸਾਨੂੰ ਆਜ਼ਾਦੀ ਦਿੰਦਾ ਹੈ ਪ੍ਰਾਰਥਨਾ ਦੇ ਵਿੱਚ ਵੀ। ਇਹ ਨਹੀਂ ਬੋਲੇ ਯੇ ਨਹੀਂ ਮੰਗਣਾ, ਉਹ ਨਹੀਂ ਮੰਗਣਾ, ਸਿਰਫ ਯੇ ਮੰਗ ਸਕਦਾ ਹੈ, ਬਲਕਿ ਪ੍ਰਭੂ ਯੇਸੂ ਖੁਦ ਕਹਿੰਦਾ ਹੈ ਜੋ ਕੁਛ। ਸੋ ਇਸ ਦੇ ਲਈ ਅਸੀਂ ਪ੍ਰਭੂ ਦਾ ਧੰਨਵਾਦ ਕਰੀਏ ਕਿ ਪ੍ਰਭੂ ਨੇ ਸਾਨੂੰ ਪ੍ਰਾਰਥਨਾ ਕਰਨ ਦੇ ਲਈ ਖੁੱਲ੍ਹਾ ਆਜ਼ਾਦੀ ਦਿੱਤੀ ਹੈ, ਖੁੱਲ੍ਹਾ ਆਜ਼ਾਦੀ। ਪ੍ਰਭੂ ਦਾ ਧੰਨਵਾਦ ਕਰੋ ਕਿ ਪ੍ਰਭੂ ਸਾਨੂੰ ਇੰਨਾ ਪਿਆਰ ਕਰਦਾ ਹੈ, ਬੇਹੱਦ ਪਿਆਰ ਕਰਦਾ ਹੈ, ਬੇਹੱਦ, ਕੋਈ ਹੱਦ ਨਹੀਂ ਹੈ, ਬੇਹੱਦ ਪਿਆਰ ਕਰਦਾ ਹੈ। ਇਸ ਨੂੰ ਮਹਿਸੂਸ ਕਰੋ, ਹੁਣ ਜਦੋਂ ਤੁਸੀਂ ਮੇਰਾ ਇਹ ਵਚਨ ਸੁਣਦੇ ਹੋ, ਮਹਿਸੂਸ ਕਰੋ ਕਿ ਖੁਦਾ ਦੀ ਬੇਹੱਦ ਪਿਆਰ, ਜੋ ਕੁਛ ਤੁਸੀਂ ਮੰਗਣਾ ਚਾਹੁੰਦੇ ਹੋ ਬੇਹੱਦ। ਇਸ ਲਈ ਮਨ ਦੇ ਵਿੱਚ ਇਹ ਕਦੀ ਸ਼ੱਕ ਨਹੀਂ ਹੋਣਾ ਚਾਹੀਦਾ ਜਦੋਂ ਤੁਸੀਂ ਪ੍ਰਾਰਥਨਾ ਦੇ ਲਈ ਬੈਠੋਗੇ ਕਿ ਮੈਂ ਇਹ ਮੰਗ ਸਕਦਾ ਹੈ, ਇਹ ਮੰਗੇਗਾ ਤਾਂ ਪ੍ਰਭੂ ਨੂੰ ਗੁੱਸਾ ਆਏਗਾ, ਕੋਈ ਗੱਲ ਨਹੀਂ। ਵਚਨ ਦੇ ਵਿੱਚ ਲਿਖਾ ਹੈ ਜੋ ਕੁਛ ਤੁਸੀਂ ਮੰਗਣਾ ਚਾਹੁੰਦੇ ਹੋ ਉਹ ਤੁਹਾਨੂੰ ਦਿੱਤਾ ਜਾਵੇਗਾ। ਸੋ ਪ੍ਰਭੂ ਦਾ ਧੰਨਵਾਦ ਕਰਨਾ, ਪ੍ਰਭੂ ਨੇ ਸਾਨੂੰ ਇਹ ਖੁੱਲ੍ਹਾ ਆਜ਼ਾਦੀ ਦਿੱਤੀ ਹੈ ਕਿ ਅਸੀਂ ਆਪਣੇ ਲੋੜ ਦੇ ਮੁਤਾਬਕ ਜੋ ਵੀ ਸਾਡੀ ਲੋੜ ਹੈ ਜ਼ਿੰਦਗੀ ਦੇ ਵਿੱਚ ਉਸਦੇ ਲਈ ਅਸੀਂ ਦੁਆ ਕਰ ਸਕਦੇ ਹਾਂ। ਹੁਣ ਤੁਸੀਂ ਸੋਚ ਲਓ ਅੱਜ ਜਾਂ ਕੱਲ੍ਹ ਤੁਹਾਡੇ ਲਈ ਕੀ ਲੋੜ ਹੈ, ਕੀ ਜ਼ਰੂਰਤ ਹੈ, ਉਸਦੇ ਬਾਰੇ ਸੋਚੋ। ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਹੈ, ਬੱਚੇ ਦੀ ਪੜ੍ਹਾਈ, ਬੇਟੀ ਦੀ ਸ਼ਾਦੀ, ਜਾਂ ਨੌਕਰੀ, ਜਾਂ ਬਾਹਰ ਜਾਣ ਦਾ ਮਸਲਾ, ਜੋ ਵੀ ਗੱਲਬਾਤ ਹੈ, ਜੋ ਕੁਛ ਤੁਸੀਂ ਮੰਗਦੇ ਹੋ ਪ੍ਰਭੂ ਤੁਹਾਨੂੰ ਦੇਵੇਗਾ। ਸੋ ਇਸ ਵਚਨ ਦੇ ਵਿੱਚ ਯੋਹੰਨਾ ਦੇ ਅੰਜੀਲ 15 ਉਸਦਾ 16 ਉਹਦਾ ਦੂਜਾ ਹਿੱਸਾ ਮੈਂ ਪੜ੍ਹਦਾ ਹਾਂ, ਤੁਸੀਂ ਜੋ ਕੁਛ ਮੇਰੇ ਨਾਂ 'ਤੇ, ਹਾਂ ਇਹ ਵੀ ਜ਼ਰੂਰੀ ਹੈ, ਮੇਰੇ ਨਾਂ 'ਤੇ। ਤੁਸੀਂ ਦੇਖਿਆ ਹੋਊਗਾ ਕੈਥੋਲਿਕ ਕਲੀਸਿਯਾ ਦੇ ਵਿੱਚ ਜੋ ਵੀ ਪ੍ਰਾਰਥਨਾ ਹੈ, ਅੰਦੂ 'ਚ ਇਹ ਲਿਖਿਆ ਗਿਆ ਹੈ, ਅਸੀਂ ਆ ਮੰਗਦੇ ਹਾਂ ਆਪਣੇ ਪ੍ਰਭੂ ਯੇਸੂ ਮਸੀਹ ਦੇ ਦੁਆਰਾ। ਦੇਖੋ ਇਹਦਾ ਕਾਰਨ ਇਹ ਹੈ
ਬਾਈਬਲ ਵਿੱਚ ਲਿਖਿਆ ਹੈ ਜੋ ਵੀ ਮੰਗਣਾ ਹੈ ਅਸੀਂ ਪ੍ਰਭ ਯੇਸੂ ਦੇ ਨਾਮ ਉੱਤੇ ਮੰਗਣਾ ਹੈ। ਸੋ ਇਹ ਵੀ ਇੱਕ ਸਾਡੇ ਲਈ ਜਾਣਕਾਰੀ ਹੈ, ਜਦੋਂ ਵੀ ਦੁਆ ਕਰਨਾ ਹੈ ਅਸੀਂ ਕਿਸ ਦੇ ਨਾਂ 'ਤੇ ਦੁਆ ਕਰਨਾ ਹੈ? ਪ੍ਰਭ ਯੇਸੂ ਦੇ ਨਾਂ 'ਤੇ। ਇਹ ਕਿੱਥੇ ਲਿਖਿਆ ਹੈ? ਯੋਹੰਨਾ ਦੀ ਅੰਜੀਲ ਦੇ 15 ਬਾਬ ਦੀ 16 ਆਇਤ ਵਿੱਚ, ਜੋ ਕੁਛ ਮੇਰੇ ਨਾਂ ਉੱਤੇ। ਤਾਂ ਮਤਲਬ ਸਾਡੇ ਲਈ ਪ੍ਰਭੂ ਯੇਸੂ ਕਾਫੀ ਹੈ, ਔਰ ਕਿਸੇ ਦਾ ਨਾਮ ਦੀ ਜ਼ਰੂਰਤ ਨਹੀਂ ਹੈ। ਇੱਕੋ ਨਾਮ ਯੇਸੂ ਦੇ ਨਾਮ 'ਤੇ, ਔਰ ਕਿਸੇ ਦੇ ਨਾਮ ਉੱਤੇ ਪ੍ਰਾਰਥਨਾ ਨਹੀਂ ਕਰਦੇ। ਯੇਸੂ ਦੇ ਨਾਮ ਉੱਤੇ ਅਸੀਂ ਪ੍ਰਾਰਥਨਾ ਕਰਨਾ ਹੈ, ਜੋ ਕੁਛ ਅਸੀਂ ਮੰਗਣਾ ਹੈ ਪ੍ਰਭੂ ਯੇਸੂ ਦੇ ਨਾਮ 'ਤੇ, ਕਿਉਂਕਿ ਪ੍ਰਭੂ ਯੇਸੂ ਦਾ ਨਾਮ ਸ਼ਕਤੀਸ਼ਾਲੀ ਨਾਮ ਹੈ। ਕਿੰਨੇ ਵਾਰੀ ਅਸੀਂ ਗਾਇਆ ਹੈ, ਜੈ ਜੈ ਯੇਸੂ ਜੈ ਜੈ ਨਾਮ, ਜੈ ਜੈ ਯੇਸੂ ਜੈ ਜੈ ਨਾਮ, ਚੰਗਾ ਕਰਦਾ ਯੇਸੂ ਨਾਮ, ਯੇਸੂ ਨਾਮ, ਯੇਸੂ ਨਾਮ। ਪ੍ਰਭੂ ਯੇਸੂ ਦੇ ਨਾਮ 'ਤੇ ਸਭ ਕੁਛ ਹੁੰਦਾ ਹੈ। ਅਸੀਂ ਕੋਈ ਵੀ ਭਾਸ਼ਾ ਬੋਲਣ ਵਾਲੇ ਹੋਵੇ, ਪੜ੍ਹੇ ਲਿਖੇ ਹੋਵੇ, ਕੋਈ ਵੀ ਗਰੁੱਪ ਦੇ ਬਿਲੋਂਗ ਕਰਨ ਵਾਲਾ ਹੋਵੇ, ਕੋਈ ਵੀ ਹੋਵੇ, ਪ੍ਰਾਰਥਨਾ ਕਰਨ ਦੇ ਸਮੇਂ ਪ੍ਰਭੂ ਯੇਸੂ ਮਸੀਹ ਦੇ ਨਾਮ 'ਤੇ ਮੰਗੋ, ਤੁਹਾਨੂੰ ਮਿਲੇਗਾ। ਸੋ ਇਹ ਸ਼ਕਤੀਸ਼ਾਲੀ ਨਾਮ ਜਪਣਾ, ਇਹ ਨਾਮ ਜਪਣਾ ਹੈ, ਪ੍ਰਭੂ ਯੇਸੂ ਦਾ ਨਾਮ ਜਪਣਾ ਹੈ। ਬਾਣੀ ਵਿੱਚ ਲਿਖਾ ਹੈ, ਜੋ ਕੁਛ ਮੇਰੇ ਨਾਮ ਉੱਤੇ ਪਿਤਾ ਕੋਲੋਂ ਮੰਗੋ। ਇਹ ਕੌਣ ਹੈ ਪਿਤਾ? ਇੱਕੋ ਖੁਦਾ, ਸਾਰੀ ਦੁਨੀਆਂ ਦੇ ਵਿੱਚ ਇੱਕੋ ਖੁਦਾ ਹੈ, ਪਿਤਾ ਪਰਮੇਸ਼ੁਰ ਇੱਕ ਹੈ। ਪਿਤਾ, ਪਿਤਾ ਕੋਲੋਂ ਮੰਗਣਾ ਹੈ, ਉਹਦੇ ਕੋਲੋਂ ਮੰਗਣਾ ਹੈ, ਔਰ ਕਿਸੇ ਦੇ ਕੋਲੋਂ ਨਹੀਂ, ਕੋਈ ਇਨਸਾਨ ਦੇ ਕੋਲੋਂ ਨਹੀਂ ਮੰਗਣਾ, ਪਿਤਾ ਕੋਲੋਂ ਮੰਗਣਾ ਹੈ। ਪਰ ਯੇਸੂ ਦੇ ਨਾਮ 'ਤੇ ਪ੍ਰਾਰਥਨਾ ਕਰਨ ਦਾ ਤਰੀਕਾ, ਜਦੋਂ ਵੀ ਤੁਸੀਂ ਪ੍ਰਾਰਥਨਾ ਦੇ ਵਿੱਚ ਬੈਠੋਗੇ, ਇਸ ਗੱਲ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਨਾ, ਜੋ ਕੁਛ ਮੇਰੇ ਨਾਂ ਉੱਤੇ ਪਿਤਾ ਕੋਲੋਂ ਮੰਗੋ ਵੋ ਤੁਹਾਨੂੰ ਦੇਵੇਗਾ। ਇੱਥੇ ਇਹ ਲਿਖਾ ਹੈ ਵੋ ਤੁਹਾਨੂੰ ਦੇਵੇਗਾ। ਹੁਣ ਇਸਦੇ ਲਈ ਕੁਛ ਕਾਰਨ ਹੈ, ਕਿਉਂ ਪ੍ਰਭੂ ਨੇ ਇਤਨਾ ਲਿਵਰੇਜ, ਅਸੀਂ ਕਹਿੰਦੇ ਅੰਗਰੇਜ਼ੀ ਵਿੱਚ, ਇਤਨੀ ਆਜ਼ਾਦੀ ਕਿਉਂ ਪ੍ਰਭੂ ਨੇ ਸਾਨੂੰ ਦਿੱਤਾ ਹੈ? ਸੋ ਯੋਹੰਨਾ ਦੀ ਅੰਜੀਲ ਦੇ 16 ਆਇਤ ਦੀ ਪਹਿਲਾ ਹਿੱਸਾ ਮੈਂ ਪੜ੍ਹਨ ਲੱਗਾ, ਤੁਸੀਂ ਮੈਨੂੰ ਨਹੀਂ ਚੁਣਿਆ। ਦੇਖੋ ਪ੍ਰਭੂ ਯੇਸੂ ਕਹਿੰਦਾ ਹੈ ਤੁਸੀਂ ਮੈਨੂੰ ਨਹੀਂ ਚੁਣਿਆ, ਆਪਣੇ ਚੇਲਿਆਂ ਨੂੰ, ਕਿਉਂਕਿ ਪ੍ਰਭੂ ਯੇਸੂ ਆਪਣੇ ਚੇਲਿਆਂ ਨੂੰ ਚੁਣਿਆ ਹੈ, ਉਹ ਆਪਣੇ ਗੁਰੂ ਨੂੰ ਨਹੀਂ ਚੁਣਿਆ। ਕਈ ਵਾਰ ਇਸੇ ਤਰ੍ਹਾਂ ਵੀ ਹੁੰਦਾ ਹੈ, ਅਸੀਂ ਕੋਈ ਗੁਰੂ ਦੇ ਬਾਰੇ ਸੁਣਦਾ ਅਤੇ ਅਸੀਂ ਫਿਰ ਉਹਨੂੰ ਚੁਣ ਲੈਂਦਾ। ਕੋਈ ਕਰਾਟਾ ਸਿੱਖਣਾ ਚਾਹੁੰਦਾ, ਕਰਾਟਾ ਦਾ ਮਾਸਟਰ ਹੈ ਤਾਂ ਉਹਦੇ ਕੋਲ ਜਾਂਦਾ, ਉਹ ਚੁਣਦਾ ਹੈ। ਕੋਈ ਮਿਊਜ਼ਿਕ ਸਿੱਖਣਾ ਚਾਹੁੰਦਾ ਹੈ, ਕੋਈ ਮਿਊਜ਼ਿਕ ਮਾਸਟਰ ਦੇ ਬਾਰੇ ਸੁਣਿਆ, ਉਹਦੇ ਕੋਲ ਜਾਂਦਾ, ਉਹ ਚੁਣਦਾ ਹੈ। ਮਾਰਕੀਟ ਦੇ ਵਿੱਚ ਕਈ ਲੋਕ ਇਸੇ ਤਰ੍ਹਾਂ ਬੈਠੇ ਹੋਣਗੇ ਅਤੇ ਇਨਸਾਨ ਗੁਰੂ ਨੂੰ ਚੁਣਦਾ ਹੈ, ਪਰ ਯਿਸੂ ਮਸੀਹ ਕਹਿੰਦਾ ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਚੁਣਿਆ ਹੈ। ਇਹ ਹੈ ਈਸਾਈ ਈਮਾਨ ਦੀ ਖਾਸੀਅਤ। ਪ੍ਰਭੂ ਨੂੰ ਚੁਣਨ ਵਾਲਾ ਅਸੀਂ ਨਹੀਂ ਹੈ, ਅਸੀਂ ਸੋਚਦੇ ਹਾਂ ਕਿ ਅਸੀਂ ਪ੍ਰਭੂ ਨੂੰ ਚੁਣਿਆ, ਇਹ ਸਾਡੀ ਫੈਸਲਾ ਹੈ। ਪਰ ਬਾਣੀ ਵਿੱਚ ਲਿਖਾ ਹੈ ਜਦੋਂ ਤੱਕ ਮੈਂ ਕਿਸੇ ਨੂੰ ਮੇਰੇ ਵੱਲ ਆਕਰਸ਼ਿਤ ਨਾ ਕਰਾਂ, ਉਹ ਮੇਰੇ ਕੋਲ ਨਹੀਂ ਆ ਸਕਦਾ। ਜੇਕਰ ਇਸ ਵਕਤ ਤੁਸੀਂ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਰੱਖਦੇ ਹੋ, ਵਿਸ਼ਵਾਸ ਕਰਨਾ ਕਿ ਪ੍ਰਭੂ ਨੇ ਤੁਹਾਨੂੰ ਚੁਣਿਆ, ਫਿਰ ਫਾਇਦਾ ਹੈ। ਪ੍ਰਭੂ ਯਿਸੂ ਕਹਿੰਦਾ ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ, ਅਦੋਂ ਨਿਯੁਕਤ ਕੀਤਾ ਹੈ, ਮੈਂ ਤੁਹਾਨੂੰ ਨਿਯੁਕਤ ਕੀਤਾ ਹੈ, ਕੀ ਕੰਮ ਕਰਨਾ ਹੈ, ਕਿੱਥੇ ਕਰਨਾ ਹੈ, ਪ੍ਰਭੂ ਸਾਨੂੰ ਨਿਯੁਕਤ ਕਰਦਾ ਹੈ, ਅਸੀਂ ਸਿਰਫ ਉਹਦੇ ਨਾਲ ਕੋਆਪਰੇਟ ਕਰਦੇ, ਸਹਿਯੋਗ ਦਿੰਦੇ, ਮਰਜ਼ੀ ਖੁਦਾ ਦੀ ਸਾਡੀ ਸਹਿਯੋਗ। ਇਹ ਦੋਨੋਂ ਮਿਲਣ ਦੇ ਸਮੇਂ ਖੁਦਾ ਦੀ ਆਸ਼ੀਸ ਮਿਲਦਾ ਹੈ। ਸੋ ਦੇਖੋ ਪ੍ਰਭੂ ਕਹਿੰਦਾ ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ ਹੈ। ਫਿਰ ਕਹਿੰਦਾ ਕਿ ਤੁਸੀਂ ਜਾ ਕੇ ਫਲਦਾਰ ਬਣੋ, ਵੇਲੇ ਨਹੀਂ ਬੈਠਣਾ, ਕੰਮ ਕਰਨਾ ਹੈ, ਡਿਊਟੀ ਕਰਨਾ ਹੈ, ਫਲ ਪੈਦਾ ਕਰਨਾ ਹੈ। ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਫਲ ਪੈਦਾ ਕਰਨਾ ਹੈ। ਆਮ ਤੌਰ 'ਤੇ ਅਸੀਂ ਇੱਕ ਪਰਿਵਾਰ ਦੇ ਵਿੱਚ ਦੇਖਿਆ ਜਾਵੇ, ਘਰਵਾਲੀ ਹਮੇਸ਼ਾ ਕੁਛ ਨਾ ਕੁਛ ਕਰਦੇ ਰਹਿਣਗੇ, ਕੁਛ ਨਾ ਕੁਛ ਛੋਟੇ ਕੰਮਾਂ ਤੋਂ ਲੈ ਕੇ ਵੱਡੇ ਕੰਮਾਂ ਤੱਕ ਵੇਲੇ ਨਹੀਂ ਬੈਠੇਗੀ। ਆਮ ਤੌਰ 'ਤੇ ਇੱਕ ਪਰਿਵਾਰ ਦੇ ਵਿੱਚ ਗੱਲ ਇਸ ਤਰ੍ਹਾਂ ਹੈ, ਘਰਵਾਲੀ ਜਾਂ ਔਰਤ ਜੋ ਹੈ ਉਹ ਹਮੇਸ਼ਾ ਕੁਛ ਨਾ ਕੁਛ ਕੰਮ ਕਰਦੇ ਰਹੇਗੀ, ਕੁਛ ਵੀ ਨਹੀਂ ਹੈ, ਉਹ ਸਫਾਈ ਦਾ ਕੰਮ ਸ਼ੁਰੂ ਕਰ ਲੈਣੀ। ਪਰ ਆਦਮੀ ਕਿਸੇ ਹੈ, ਉਹ ਤਾਂ ਵੇਲੇ ਬੈਠਦਾ ਹੈ। ਔਰ ਔਰਤ ਨੂੰ ਸਭ ਤੋਂ ਜ਼ਿਆਦਾ ਗੁੱਸਾ ਦੇਣ ਵਾਲੇ ਕੰਮ ਵੀ ਇਹੀ ਹੈ, ਜਬ ਉਹ ਆਦਮੀ ਨੂੰ ਦੇਖ ਤਾਂ ਕੋਈ ਕੰਮ ਨਹੀਂ ਕਰ, ਵੇਲੇ ਬੈਠਾ ਹੈ, ਔਰਤ ਨੂੰ ਵੈਸੇ ਗੁੱਸਾ ਚੜ੍ਹਦਾ ਹੈ, ਉਹ ਬੋਲੇਗੀ ਇਹ ਕਿ ਕੋਈ ਕੰਮ ਨਹੀਂ ਕਰ ਸਕਦਾ। ਪ੍ਰਭੂ ਸਾਨੂੰ ਵੇਲੇ ਬੈਠਣਾ ਦੇਖਣਾ ਨਹੀਂ ਚਾਹੁੰਦਾ, ਪ੍ਰਭੂ ਕਹਿੰਦਾ ਜਾ ਕੇ ਫਲਦਾਰ ਬਣੋ, ਫਲ ਪੈਦਾ ਕਰੋ, ਚੰਗਾ ਕੰਮ ਕਰੋ। ਸੋ ਪ੍ਰਭੂ ਕਹਿੰਦਾ
ਤੁਸੀਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ ਹੈ ਕਿ ਤੁਸੀਂ ਜਾ ਕੇ ਫਲਦਾਰ ਬਣੋ ਅਤੇ ਤੁਹਾਡਾ ਫਲ ਸਥਿਰ ਰਹੇ ਹਮੇਸ਼ਾ ਦੇ ਲਈ ਰਹੇ ਇਹਨੇ ਅੱਜ ਕੰਮ ਕੀਤਾ ਉਹਦਾ ਫਲ ਅੱਜ ਹੀ ਖਤਮ ਹੋ ਗਿਆ ਨਹੀਂ ਜਿਹੜਾ ਚੰਗਾ ਕੰਮ ਅਸੀਂ ਕਰਾਂਗੇ ਉਸਦਾ ਫਲ ਹਮੇਸ਼ਾ ਦੇ ਲਈ ਰਹੇ ਫਿਰ ਪ੍ਰਭੂ ਕਹਿੰਦਾ ਹੈ ਇਹ ਕਹਿਣ ਦੇ ਬਾਅਦ ਤੁਸੀਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਅਤੇ ਨਿਯੁਕਤ ਕੀਤਾ ਹੈ ਕਿ ਤੁਸੀਂ ਜਾ ਕੇ ਫਲਦਾਰ ਬਣੋ ਅਤੇ ਤੁਹਾਡਾ ਫਲ ਸਥਿਰ ਰਹੇ ਫਿਰ ਤੁਸੀਂ ਜੋ ਕੁਛ ਮੇਰੇ ਨਾਂ ਤੇ ਪਿਤਾ ਕੋਲੋਂ ਮੰਗੋ ਉਹ ਤੁਹਾਨੂੰ ਦੇਵੇਗਾ ਜਿਹੜਾ ਬੰਦਾ ਸਾਰਾ ਸਮਾਂ ਵਿਹਲਾ ਬੈਠਦਾ ਕੋਈ ਕੰਮ ਨਹੀਂ ਕਰਦਾ ਉਹ ਜਾ ਕੇ ਪ੍ਰਭੂ ਦੇ ਅੱਗੇ ਇਸੇ ਤਰ੍ਹਾਂ ਦੁਆ ਕਰੇਗਾ ਤਾਂ ਕੁਛ ਨਹੀਂ ਹੋਣਾ ਇਸ ਲਈ ਅਸੀਂ ਮਿਹਨਤ ਕਰਨਾ ਹੈ ਫਲ ਪੈਦਾ ਕਰਨਾ ਹੈ ਪਸੀਨਾ ਵਹਾਉਣਾ ਹੈ ਜਦੋਂ ਅਸੀਂ ਕੜੀ ਮਿਹਨਤ ਕਰਾਂਗੇ ਉਸਦੇ ਨਾਲ ਅਸੀਂ ਪ੍ਰਾਰਥਨਾ ਵੀ ਕਰਾਂਗੇ ਫਿਰ ਨਾ ਹੋਣ ਵਾਲੀ ਕੋਈ ਗੱਲ ਨਹੀਂ ਹੈ ਇਹ ਹੈ ਮੈਂ ਅੱਜ ਤੁਹਾਨੂੰ ਸਮਝਾਉਣਾ ਚਾਹੁੰਦਾ ਹਾਂ ਸੋ ਮਿਹਨਤ ਕਰੋ ਜਿਸ ਤਰ੍ਹਾਂ ਹੁਣ ਇੱਕ ਲੜਕਾ ਪੜ੍ਹਾਈ ਕਰਦਾ ਹੈ ਜੇਕਰ ਉਹ ਪੜ੍ਹਾਈ ਨਹੀਂ ਕਰਦਾ ਪਰ ਜ਼ਿਆਦਾ ਸਮਾਂ ਚਰਚ ਵਿੱਚ ਜਾ ਕੇ ਪ੍ਰਾਰਥਨਾ ਕਰ ਲੈਂਦਾ ਤਾਂ ਉਹ ਪੇਪਰ ਦੇ ਵਿੱਚ ਪਾਸ ਹੋ ਸਕਦਾ ਹੈ ਮੁਸ਼ਕਿਲ ਹੈ ਚੰਗਾ ਨੰਬਰ ਤਾਂ ਨਹੀਂ ਮਿਲੇਗਾ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਮਿਹਨਤ ਕਰਨਾ ਜਿਹੜਾ ਵੀ ਕੰਮ ਕਿੱਥੇ ਵੀ ਹੋਵੇ ਉਹ ਮਿਹਨਤ ਕਰਨਾ ਹੈ ਸ਼ਾਇਦ ਤੁਸੀਂ ਮੇਰਾ ਉਹ ਉਦਾਹਰਣ ਸੁਣਾ ਹੋਗਾ ਜੋ ਲੋਟਰੀ ਵਾਲਾ ਇੱਕ ਬੰਦਾ ਕਈ ਵਾਰ ਲੋਟਰੀ ਦੇ ਲਈ ਪ੍ਰਾਰਥਨਾ ਕੀਤੀ ਪਰ ਕਦੀ ਉਸਨੂੰ ਲੋਟਰੀ ਨਹੀਂ ਮਿਲਿਆ ਤਾਂ ਉਹਨੇ ਸੋਚਿਆ ਠੀਕ ਹੈ ਕੋਈ ਬਾਤ ਨਹੀਂ ਫਾਦਰ ਜੀ ਕੋਲੋਂ ਦੁਆ ਕਰਾ ਦਾਂਗੇ ਅਤੇ ਉਸਨੇ ਜਾ ਕੇ ਫਾਦਰ ਜੀ ਨੂੰ ਦੱਸਿਆ ਫਾਦਰ ਜੀ ਮੇਰਾ ਘਰ ਨਹੀਂ ਹੈ ਮੈਂ ਇੱਕ ਪਲੋਟ ਖਰੀਦਣਾ ਹੈ ਅਤੇ ਘਰ ਬਣਾਉਣਾ ਹੈ ਪਰ ਮੇਰੇ ਕੋਲ ਪੈਸਾ ਨਹੀਂ ਹੈ ਤਾਂ ਮੈਂ ਚਾਹੁੰਦਾ ਕਿ ਮੈਨੂੰ ਲੋਟਰੀ ਮਿਲੇ ਫਾਦਰ ਜੀ ਤੁਸੀਂ ਮੇਰੇ ਲਈ ਪ੍ਰਾਰਥਨਾ ਕਰਨਾ ਫਾਦਰ ਜੀ ਨੇ ਸੋਚਿਆ ਇਹ ਤਾਂ ਜਾਇਜ਼ ਹੈ ਕਿ ਹਰ ਇੱਕ ਨੂੰ ਘਰ ਚਾਹੀਦਾ ਹੈ ਸਾਡੀ ਕੌਮ ਦੇ ਲੋਕ ਗਰੀਬ ਵੀ ਹੈ ਤਾਂ ਫਾਦਰ ਜੀ ਨੇ ਬੜੇ ਵਿਸ਼ਵਾਸ ਦੇ ਨਾਲ ਇਸ ਬੰਦੇ ਦੇ ਲਈ ਪ੍ਰਾਰਥਨਾ ਕੀਤੀ ਅਤੇ ਰਿਜ਼ਲਟ ਆ ਗਿਆ ਲੋਟਰੀ ਦਾ ਪਰ ਉਹਨੂੰ ਲੋਟਰੀ ਨਹੀਂ ਮਿਲਿਆ ਜਾ ਕੇ ਫਾਦਰ ਜੀ ਨੇ ਦੱਸਿਆ ਫਾਦਰ ਜੀ ਇਸ ਵਾਰ ਲੋਟਰੀ ਨਹੀਂ ਮਿਲਿਆ ਹਫ਼ਤੇ ਬਾਅਦ ਫਿਰ ਇਸਨੇ ਫਾਦਰ ਜੀ ਦੇ ਕੋਲ ਗਿਆ ਫਾਦਰ ਜੀ ਲੋਟਰੀ ਨਿਕਲਣ ਵਾਲਾ ਹੈ ਅਗਲੇ ਹਫ਼ਤੇ ਤੁਸੀਂ ਮੇਰੇ ਲਈ ਪ੍ਰਾਰਥਨਾ ਕਰੋ ਫਾਦਰ ਜੀ ਬੜਾ ਦਿਲ ਲਗਾ ਕਰ ਉਸਦੇ ਲਈ ਪ੍ਰਾਰਥਨਾ ਕੀਤਾ ਉਸ ਵਾਰ ਵੀ ਉਸਨੂੰ ਲੋਟਰੀ ਨਹੀਂ ਮਿਲਿਆ ਤੀਜੀ ਵਾਰੀ ਫਾਦਰ ਜੀ ਨੇ ਰੋਜ਼ਾ ਰੱਖ ਕੇ ਉਸਕੇ ਲਈ ਪ੍ਰਾਰਥਨਾ ਕੀਤਾ ਤਾਂ ਜੋ ਇਹ ਗਰੀਬ ਬੰਦਾ ਬਚ ਜਾਵੇ ਲੋਟਰੀ ਮਿਲ ਗਿਆ ਤਾਂ ਪਲੋਟ ਵੀ ਖਰੀਦ ਸਕਦਾ ਹੈ ਘਰ ਵੀ ਬਣਾ ਸਕਦਾ ਹੈ ਆਠ ਵਾਰੀ ਇਸੇ ਤਰ੍ਹਾਂ ਫਾਦਰ ਜੀ ਨੇ ਉਸਦੇ ਲਈ ਪ੍ਰਾਰਥਨਾ ਕੀਤੀ ਪਰ ਫਿਰ ਵੀ ਇਸਨੂੰ ਲੋਟਰੀ ਨਹੀਂ ਮਿਲਿਆ ਅਤੇ ਫਾਦਰ ਜੀ ਵੀ ਕਾਫੀ ਦੁਖੀ ਹੋਇਆ ਕਿ ਪ੍ਰਭੂ ਕਿਉਂ ਮੇਰੀ ਦੁਆ ਨਹੀਂ ਸੁਣਦਾ ਔਰ ਇਸ ਬੰਦੇ ਦੇ ਨਾਲ ਬੈਠ ਕਰ ਥੋੜ੍ਹਾ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਜਦੋਂ ਫਾਦਰ ਜੀ ਇਸਦੇ ਨਾਲ ਗੱਲਾਂ ਕੀਤੀਆਂ ਤਬ ਫਾਦਰ ਜੀ ਨੂੰ ਪਤਾ ਲੱਗਾ ਇਸਨੇ ਲੋਟਰੀ ਕਿਉਂ ਨਹੀਂ ਮਿਲ ਰਿਹਾ ਇੱਕ ਰੁਕਾਵਟ ਸੀ ਬਹੁਤ ਵੱਡਾ ਰੁਕਾਵਟ ਉਹ ਕਿਹੜਾ ਰੁਕਾਵਟ ਸੀ ਰੁਕਾਵਟ ਇਹ ਸੀ ਇਹ ਬੰਦਾ ਕਦੀ ਲੋਟਰੀ ਦਾ ਟਿਕਟ ਹੀ ਨਹੀਂ ਖਰੀਦਾ ਟਿਕਟ ਨਹੀਂ ਖਰੀਦੇ ਤਾਂ ਪ੍ਰਾਰਥਨਾ ਕਰਕੇ ਕੋਈ ਫਾਇਦਾ ਹੈ ਸੋ ਇਸੇ ਤਰ੍ਹਾਂ ਪੜ੍ਹਾਈ ਦੇ ਬਿਨਾਂ ਪ੍ਰਾਰਥਨਾ ਕਰਕੇ ਕੋਈ ਫਾਇਦਾ ਹੈ ਮਸੀਹ ਵਿੱਚ ਮੇਰੇ ਪਿਆਰੇ ਪ੍ਰਾਪਤ ਬਣੋ ਸਮਝਦਾਰ ਬਣੋ ਅਸੀਂ ਮਿਹਨਤ ਕਰਨਾ ਹੈ ਆਪਣਾ ਘਰ ਵਿੱਚ ਬਹੁਤ ਮਿਹਨਤ ਕਰਨਾ ਹੈ ਨਾਲ ਨਾਲ ਪ੍ਰਾਰਥਨਾ ਵੀ ਕਰੋ ਪ੍ਰਭੂ ਯਿਸੂ ਕਹਿੰਦਾ ਜੋ ਕੁਝ ਤੁਸੀਂ ਮੰਗੋ ਮੇਰੇ ਨਾਮ ਉੱਤੇ ਮੇਰਾ ਪਿਤਾ ਜੋ ਸਵਰਗ ਵਿੱਚ ਹੈ ਉਸੇ ਤਰ੍ਹਾਂ ਕਰ ਦੇਵੇਗਾ ਸੋ ਮੈਂ ਅੱਜ ਤੁਹਾਨੂੰ ਸਾਰੀਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜ਼ਿੰਦਗੀ ਦੇ ਵਿੱਚ ਕਦੀ ਵੇਲੇ ਨਹੀਂ ਬੈਠਣਾ ਹਾਂ ਜੇ ਕੋਈ ਬਿਮਾਰ ਹੈ ਬਿਲਕੁਲ ਬਜ਼ੁਰਗ ਹੋ ਗਿਆ ਕੰਮ ਨਹੀਂ ਕਰ ਸਕਦਾ ਉਹ ਤਾਂ ਅਲੱਗ ਗੱਲ ਹੈ ਉਹ ਵੀ ਜ਼ਰੂਰ ਬੈਠ ਕੇ ਪ੍ਰਾਰਥਨਾ ਤੂੰ ਕਰ ਸਕਦਾ ਹੈ ਦੂਜਿਆਂ ਦੇ ਲਈ ਪ੍ਰਾਰਥਨਾ ਕਰ ਸਕਦਾ ਹੈ ਬਾਈਬਲ ਪੜ੍ਹ ਸਕਦਾ ਸੋ ਸਾਰਿਆਂ ਦੇ ਲਈ ਸੰਦੇਸ਼ ਮੈਂ ਇਹ ਦੇਣਾ ਚਾਹੁੰਦਾ ਸਾਰੇ ਮਿਹਨਤ ਕਰੋ ਔਰ ਤੁਹਾਡਾ ਮਿਹਨਤ ਦੇ ਉੱਤੇ ਖੁਦਾ ਦੀ ਆਸ਼ੀਸ ਆਵੇਗਾ ਤੋ ਪ੍ਰਭੂ ਕਹਿੰਦਾ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਮੱਤੀ ਦੀ ਅੰਜੀਲ 7:7 ਹੈ ਸੋ ਇੱਥੇ ਯੂਹੰਨਾ ਦੀ 15:16 ਦੇ ਵਿੱਚ ਤੁਸੀਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ ਹੈ ਕਿ ਤੁਸੀਂ ਜਾ ਕੇ ਫਲਦਾਰ ਬਣੋ ਅਤੇ ਤੁਹਾਡਾ ਫਲ ਸਥਿਰ ਰਹੇ ਫਿਰ ਤੁਸੀਂ ਜੋ ਕੁਛ ਮੇਰੇ ਨਾਮ ਉੱਤੇ ਪਿਤਾ ਕੋਲੋਂ ਮੰਗੋ ਉਹ ਤੁਹਾਨੂੰ ਦੇਵੇਗਾ ਸੋ ਬਰਕਤ ਦੇਣ ਵਾਲਾ ਪਿਤਾ ਪਰਮੇਸ਼ੁਰ ਹੈ ਪ੍ਰਭੂ ਯਿਸੂ ਮਸੀਹ ਖੁਦ ਸਾਨੂੰ ਕਹਿੰਦਾ ਹੈ ਮੇਰੇ ਨਾਮ ਤੇ ਮੰਗੋ ਮੈਂ ਤੁਹਾਨੂੰ ਬਰਕਤ ਦੇਵਾਂਗਾ ਉਹ ਪ੍ਰਭੂ ਨੇ ਨਹੀਂ ਦੱਸਿਆ ਮੇਰਾ ਪਿਤਾ ਤੁਹਾਨੂੰ ਦੇਵੇਗਾ ਕਿਉਂਕਿ ਪ੍ਰਭੂ ਯਿਸੂ ਨੂੰ ਪਤਾ ਹੈ ਕਿ ਖੁਦਾ ਬਾਪ ਦਿਆਲੂ ਹੈ ਮੰਗਣ ਵਾਲਿਆਂ ਨੂੰ ਦਿੰਦਾ ਹੈ ਤੇ ਪ੍ਰਭੂ ਯਿਸੂ ਗੱਲਾਂ ਕਿਸ ਦੇ ਨਾਲ ਕੀਤੀਆਂ ਆਪਣੇ ਚੇਲਿਆਂ ਦੇ ਨਾਲ ਤਿੰਨ ਗੱਲਾਂ ਦੱਸੀਆਂ ਪਹਿਲੀ ਗੱਲ ਪ੍ਰਾਰਥਨਾ ਕਰਨਾ ਦੂਜੀ ਗੱਲ
पिता को मांगना, तीजी गले यीशु दे नाते मांगना, ये इतने गला ने याद करना, दुआ करना, पिता को मांगना, प्रभु यीशु दे नाते प्रार्थना करना है, ये तीन चीजां नु असी अपना मन विच रखना है। इत्थे जदों प्रभु यीशु प्रार्थना करने दे बारे दसदा, ये प्रार्थना दे विच असी पाक तसलीस नु अनुभव करेंगे। पाक तसलीस दा मतलब बाप बेटा ते रूह पाक, होली ट्रिनिटी, फादर सन एंड द होली स्पिरिट। The prayer is prayer to the Holy Spirit. So, पिता कोलो मंगना है, प्रभु यीशु दे नाते मंगना है, तो जो प्रार्थना करना जो शक्ति है वो पवित्र आत्मा सानू दिंदा है। इंसान कमजोर है, कौन सानू प्रार्थना करने के लिए प्रेरणा कौन दिंदा है? पवित्र आत्मा। So, पवित्र आत्मा दी प्रेरणा दे विच एक प्रार्थना करेगा। प्रार्थना करने से हमें वो प्रभु यीशु दे नाते करेंगे, अते मंगेगा खुदा बाप कोलो। सो हर प्रार्थना दे विचे पाक तसली हाजिर है, बाप बेटा रूपा, पिता पुत्र और पवित्र आत्मा, फादर सन एंड होली स्पिरिट। ये किसने सिखाया? प्रभु यीशु ने सिखाया है। जदों तुसीं बपतिस्मा देना, बाप अते बेटा अते रूपा के नाम उत्ते बपतिस्मा दी। ये लड़ी जो है बाप बेटा रूपा की, ये प्रभु यीशु ने सिखाया है। असी कंप्यूटर दे विच जाके गूगल सर्च दे विच ये लब्भा नहीं है, असी इस तरह नहीं सीखा, प्रभु यीशु ने सानू ये सिखाया है, बाप बेटा अते रूह पाक। सो साड़ी जो प्रार्थना है वो प्रार्थना पाक तसलीस दे नाल है, पाक तसलीस साड़े नाल है, ते उसनु अनुभव करना बहुत जरूरी है। और पौलुस रसूल एक और गल कहता है, जदों तुसी प्रार्थना करदे हो साडे लई पवित्र आत्मा मध्यस्थम साडे लई सिफारिश करदा है। सो पवित्र आत्मा सानू प्रेरणा भी दिंदा है ते साडे लई सिफारिश भी करदा है। इसलिए हर प्रार्थना दे विच ये पाक तसलीस नू असी अनुभव करना बहुत जरूरी है। सो प्रार्थना दे विच तीन गल्लां हुंदा है। पहली गल है असी खुदा बाप दा प्यार दी अनुभव करना है। प्रार्थना दे विच सानू जो गठबंधन बनाते हैं, जो चीज सानू जोड़दा है प्रार्थना दे विच, वो सब तो पहला वो खुदा बाप दा प्यार है। और जो प्रार्थना असी करदे हां प्रभु यीशु मसीह दे द्वारा संपर्क हो जाता है प्रभु यीशु मसीह दे नाते, ते जो प्रेरणा दी शक्ति जो है वो पवित्र आत्मा तो सानू मिलता है। मतलब खुदा साडा प्रार्थना दे विच हाजिर होता है, इसलिए साडी प्रार्थना शक्तिशाली होता है, इसलिए साडी प्रार्थना दी फल सानू मिलेगा। प्रभु यीशु मसीह कहता है जो कुछ तुसे मेरे नाम उते पिता कोलो मंगोगे वो तुहानू देवेगा। इस दे विच कोई शक नहीं है। कैटेगिज्म ऑफ द कैथोलिक चर्च 434 कैटेगिज्म ऑफ द कैथोलिक चर्च सानू ये सिखाउंदा है कि प्रार्थना दे विच खुदा दा अश्योरेंस सानू मिलता है और प्रार्थना दे राखी असी जित पाएंगे। ये गल थोड़ा सा ध्यान नाल सुनना। प्रार्थना दे विच प्रभु सानू गारंटी दिंदा है कि अल्टीमेटली असी जीतेंगे। प्रभु यीशु मर गया, मुर्दियां चों जी उठिया, जित प्रभु दा है। साडी जिंदगी दे विच भी इसे तरह है। सो इसलिए साडे लिए गारंटी अपना मन दे विच महसूस करना है। जेकर असी इस ढंग नाल प्रार्थना करांगे, प्रार्थना पवित्र आत्मा दी प्रेरणा लेकर, पवित्र आत्मा दी शक्ति ते पवित्र आत्मा दी सिफारिश दे राखे, प्रभु यीशु दे नाम उते पिता कोलो असी जो भी मंगांगे वो सानू जरूर मिलेगा। सो उस दे नाल नाल साडी कलीसिया सानू ये सिखाउंदी है कि प्रार्थना दे राखे प्रभु सानू ये गारंटी दिंदा है कि आखिरी जित विश्वासियां दी होगा जो प्रार्थना करदे हैं। इसलिए रोज असी प्रार्थना दे लई समय रखना है। अते ये जो तंग प्रभु यीशु मसीह ने सानू सिखाया है उस दे राखी ही प्रार्थना करन दी कोशिश असी करांगे। कैथरीन ऑफ सियना एक संदनी है। कैथरीन ऑफ सियना सेज एवरीथिंग कम्स फ्रॉम लव, ऑल इज ऑर्डेन्ड फॉर द सल्वेशन ऑफ सोल्स, गॉड डज नथिंग विदाउट दिस गोल इन हिज माइंड। इसका मतलब यह है कैथरीन ऑफ सियना की कहती है, वो दसदी है सब कुछ प्यार तो आउंदा है। खुदा ने जो भी बनाया है वो प्यार दे कारण बनाया है, सब कुछ प्यार तो आउंदा है। एक बच्चा
कैसे जन्म होता है? पति और पत्नी दे प्यार तो, हर चीज प्यार तो पैदा होता है। कोई घर बना रहे हैं, वो उस घर को प्यार करता है, इसलिए वो घर बनाया। सब कुछ प्यार तो आता है और सब कुछ इंसान की मुक्ति दे ले बनाया गया है, वो भी याद रखना। अल्टीमेटली आखिर दे विच जाके इंसान दा जो आत्मा है वो परमात्मा दे नाल जुड़ना है। दुनिया खुदा ने इसलिए बनाया इंसान दी आत्मा परमात्मा दे नाल जुड़े। जो प्रार्थना असी कहंदे हां, प्रार्थना दे विच बाप बेटा रूपाक कैसे हाजिर होंदा है मैं तुहानू दस्सिया। प्रार्थना करन दी प्रेरणा अते प्रार्थना दे समय सिफारिश पवित्र आत्मा दे राही। प्रार्थना प्रभु यीशु दे नाम ते अते पिता कोलों मंगना। सो प्रार्थना दे विच खुदा है। सो साडा आत्मा परमात्मा दे नाल जुड़ जांदे। सो सब कुछ प्यार तों आउंदा है और सब कुछ इंसान दी मुक्ति दे लई बनाया गया है। और जो भी प्रभु करदा है हमेशा प्रभु दे मन दे विच ये मकसद है, ये मुद्दा है। वो क्या है? हर इंसान दी मुक्ति। जो पाप करके खुदा तों दूर हो गया उसनु परमात्मा दे नाल अपने आप दे नाल जोड़ना। सो मसीह विच मेरे प्यारे भाइयों बहनों, प्रार्थना दा भी आखरी मकसद साड़ी नजात है, साड़ी मुक्ति है। इस गल चंगी तरह समझ लो, प्रार्थना दी आखरी मकसद जो है वो साड़ी आत्मा दी नजात है, अपने आप नु मुक्त करना। सो प्रभु यीशु जदों अपने चेलियां नु ये सिखाया, तुसी मैनू नहीं चुनिया पर मैं तुहानू चुनिया अते नियुक्त कीता है कि तुसी जाके फलदार बनो अते तुहाडा फल स्थिर रहे, फिर जो कुछ मेरे नाम उते पिता कोलो मंगो वो तुहानू देवेगा। इसका सारा मतलब ये है कि असी मेहनत करना है, प्रभु ने सानू चुनिया है अते प्रभु सानू पवित्र आत्मा दे राही प्रेरणा दिंदा। प्रभु यीशु दे नाम ते असी मंगना है अते पिता कोलो दुआ मंगना है। इहदा मतलब साड़ी आत्मा नू परमात्मा दे नाल खुदा दे नाल जोड़ के रखना तां जो असी सारे मुक्ति हासिल करें। इस वचन दा सारा कुछ मैं तुहाडे सामने रखा है तां जो प्रार्थना दे राही असी अपने आत्मा नू बचा सकी। मसीह विच मेरे प्यारे भाइयो, जिथे हुण तुसी बैठे हो उत्थे ही बैठो थोड़ा समा और इन्हां गल्लां दे उत्ते विचार करो। जो गल प्रभु ने तुहानू अज सिखाया, अज जो जिहड़ियां गल्लां प्रभु तुहानू सिखाया है याद करो, अपना दिल विच रखो अते अपना प्रार्थना करन दा तरीका बदल लो। प्रार्थना दा मतलब समझो। प्रार्थना दा मतलब कोई चीज़ां इकट्ठे करन दा नहीं है। प्रार्थना दा भी मतलब साडी आत्मा दी नजात है, आत्मा नू बचाउण दे लई है। मैं प्रार्थना करदा हाँ कि पवित्र आत्मा तुहानू हमेशा प्रार्थना दे लई प्रेरणा दे। मैं प्रार्थना करदा हाँ जो भी तुसी मंगोगे वो पिता कोलों मंगणगे अते प्रभु यीशु दे नाम ते मंगे तां जो भी तुसी पिता कोलों मंगदे हो वो तुहानू जरूर मिले। आओ असी अंतिम आशीष दे लई अपना सिर झुकाइए। पूरी कुदरत वाला खुदा बाप अते बेटा अते रूह पाक तुहानू सारिया नू आशीर्वाद दे। आमीन। जय श्री। हालेलुया।